ਆ ਇਸਤਰੀ ਤੁਹਾਡੇ ਮੂੰਹ ਨਾਲ ਬਹੁਤ ਮੈਚ ਕਰ ਰਹੀ ਹੈ, ਵੇਖ ਲਓ ਤੁਸੀਂ ਇਹ ਦੇਖ। ਤੁਸੀਂ ਵੀ ਨਾ ਐਡੀ ਛੇਤੀ ਵਿਆਹ ਨਾ ਰੱਖੋ, ਪਹਿਲਾਂ ਤੈਨੂੰ ਸਾਲ ਸਮਾਨ ਇਕੱਠਾ ਕਰਨ ਲੱਗਿਆਂ ਲਾਉਣਾ, ਤੂੰ ਕਬਾੜ 'ਚੋਂ ਤਾਂ ਹਰ ਸ਼ੈ ਲੈਣੀ ਆ ਤੂੰ। ਤੂੰ ਹੱਡੀ ਕੀ ਕਰਨੀ ਹੈ, ਤੇਰੇ ਆਪਣੇ 'ਚ ਥੋੜ੍ਹੀ ਆ ਮਾਸ ਤਾਂ ਹੈ ਹੀ ਨਹੀਂ। ਤੂੰ ਉਹਨਾਂ ਦੇ ਘਰ ਚੱਕਰ ਮਾਰ ਲਿਆ ਕਰੀ ਜਦੋਂ ਲੜਾਈ ਹੋਵੇ ਨਾ ਉਹਨਾਂ ਦੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਸੇਲੀ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਸੇਲੀ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾਏ। ਅਸਲਾਮੁਅਲੈਕੁਮ ਭਾਅ ਜੀ, ਕੀ ਹਾਲ ਹੈ? ਵਾਲੇਕੁਮ ਸਲਾਮ ਜੀ। ਅਤੇ ਭਾਅ ਜੀ, ਕੀ ਲੈਦਾ ਲੈਦਾ ਕਰ ਰਹੇ ਹੋ ਤੁਸੀਂ? ਐਵੇਂ ਹੱਥ ਨਾ ਮਰਵਾ ਲੈਣਾ, ਠਹਿਰ ਜਾਓ। ਨਵੀਆਂ ਚੀਜ਼ਾਂ ਤੋੜੀ ਜਾ ਰਹੇ ਤੁਸੀਂ? ਉਹ ਭਾਈ ਨਵੀਆਂ ਨਹੀਂ, ਪੁਰਾਣੇ ਪੱਖੇ ਜਿਹੜੇ ਆ ਨਾ ਸੜੇ ਹੋਏ ਆ। ਅੱਛਾ, ਇਹ ਤੇਰੇ ਤੋਂ ਸੜੇ ਆ? ਇਹ ਕਿਉਂ ਸੜੇ ਆ, ਕੋਈ ਗੱਲ ਐਸੀ ਕੀਤੀ? ਵਾਈਂਡਿੰਗ ਹੋ ਜਾਂਦੀ ਆ ਖਰਾਬ ਭਾਈ, ਫਿਰ ਇੱਥੇ ਕਬਾੜ 'ਚ ਦੇ ਜਾਂਦੇ ਆ ਲੋਕ ਸਾਨੂੰ। ਅੱਛਾ ਅੱਛਾ, ਮੇਰੀ ਤਾਂ ਗੱਲ ਸੁਣ ਲਓ ਭਾਅ ਜੀ। ਹਾਂਜੀ ਹਾਂਜੀ, ਮੈਂ ਉਹ ਆਪਣੇ ਕੋਈ ਫਰਿੱਜ ਪਈ ਆ ਕੋਈ ਚੱਲਦੀ ਚਲਾਉਂਦੀ? ਯਾਰ ਕੋਈ ਸ਼ਰਮ ਕਰ, ਕੋਈ ਫਰਿੱਜ ਵੀ ਮਿਲਦੀ ਹੈ ਚੱਲਦੀ ਚਲਾਉਂਦੀ? ਹਾਂ, ਕਬਾੜ ਦੇ ਮਿਲ ਜਾਂਦੀਆਂ, ਕਹਿੰਦੇ ਹਰ ਸ਼ਹਿ ਮਿਲ ਜਾਂਦੀ ਇੱਥੋਂ। ਨਹੀਂ ਹਰ ਸ਼ਹਿ ਨਹੀਂ, ਕਬਾੜ ਦੇ ਵਿੱਚ ਉਹ ਆਉਂਦੀਆਂ ਵਾ, ਲੇਕਿਨ ਉਹ ਆਈ ਸੀ ਇੱਕ ਦੋ ਸਹੀ ਸੀ ਮਾੜੀ ਮੋਟੀ। ਮੈਂ ਅੰਦਰ ਆ ਸਕਦਾ? ਇੱਥੇ ਖਲੋ ਕੇ ਗੱਲ ਕਰ ਲਓ, ਇੱਥੇ ਨਹੀਂ ਹੁੰਦੀ ਧੜਕ। ਨਹੀਂ ਮੈਂ ਇੱਥੇ ਆ ਜਾਂਦਾ ਜ਼ਰਾ, ਮੈਂ ਵੇਖ ਵੀ ਲੈਣਾ ਚੀਜ਼ਾਂ। ਬਹਿਣ ਬੋਣ ਲਈ ਕੋਈ ਇੰਤਜ਼ਾਮ ਨਹੀਂ ਕੀਤਾ? ਲੈ ਬਹਿਣ ਲਈ ਤੇਰੇ ਲਈ ਬੈੱਡ ਲਵਾ ਦਾਂ ਤੈਨੂੰ, ਅੰਦਰ ਰਹਿਣਾ ਇੱਥੇ। ਮਾਸ਼ਾਅੱਲਾ, ਇਹ ਬੇਟਾ ਤੁਹਾਡਾ? ਨਹੀਂ ਜੀ, ਇਹ ਸ਼ਗਿਰਦ ਆ ਅਦਨਾਨ। ਸ਼ਗਿਰਦ ਵੀ ਆਪਣੇ ਵਰਗੇ ਰੱਖਿਆ ਤੂੰ? ਅਦਨਾਨ ਸਾਹਿਬ, ਤੂੰ ਪੜ੍ਹ ਲਿਖ, ਤੂੰ ਕਿਹੜੇ ਕੰਮ 'ਚ ਪੈ ਗਿਆ? ਪਰਾਂ ਦਫ਼ਾ ਕਰ ਉਸਤਾਦ ਨੂੰ, ਉਹਨੂੰ ਪੜ੍ਹਾ ਬੱਚੇ ਨੂੰ, ਤੂੰ ਉਹਨੂੰ ਕਿਹੜੇ ਕਬਾੜ ਦੇ ਕੰਮ 'ਚ ਪਾਤਾ? ਭਾਈ ਵਾਲਦੈਨ ਛੱਡ ਜਾਂਦੇ ਆ, ਜਿਹੜੇ ਗਰੀਬ ਵਿਚਾਰੇ ਨਹੀਂ ਪੜ੍ਹਾ ਸਕਦੇ ਉਹ ਫਿਰ ਸਾਡੇ ਕੋਲ ਆ ਜਾਂਦੇ। ਹੁਣ ਅਸੀਂ ਨਹੀਂ ਪੜ੍ਹ ਸਕਦੇ ਆ, ਗੌਰਮੈਂਟ ਦੇ ਦੇਖ ਲਓ ਕਿੰਨੀ ਹੈਗੀ ਆ, ਇਹਦਾ ਕੀ ਸਿੱਖਣਾ ਤੂੰ? ਇਹ ਕਿਹੜਾ ਕੋਈ ਇੰਜੀਨੀਅਰ ਦਾ? ਭਾਈ ਇੱਕ ਮਿੰਟ ਮੇਰੀ ਅੱਖ 'ਚ ਮਾਰਨਾ ਤੂੰ, ਖੈਰ ਤਾਂ ਜਾ। ਹਾਂਜੀ ਦੱਸੋ, ਅਤੇ ਇਹਦੇ ਇਹਨੂੰ ਕੀ ਸਿਖਾਉਣਾ ਤੂੰ ਇਹਦੇ 'ਚ? ਉਹ ਸਿਖਾਉਣ ਤੋਂ ਮੁਰਾਦ ਹੁੰਦੀ ਆ ਚੀਜ਼ਾਂ ਲੈਦਾ, ਯਾਨੀ ਕਿ ਵਾਰਾਗਰਦੀ ਕਰਦਾ ਮੁਹੱਲੇ ਦੀ ਦੁਕਾਨ 'ਤੇ ਤੂੰ ਬੰਨਿਆ ਇਹਨੂੰ? ਅਤੇ ਬੰਨੇ ਦੀ ਨਹੀਂ ਗੱਲ ਹੈਗੀ ਭਾਈ, ਚੀਜ਼ਾਂ ਆਉਂਦੀਆਂ ਵਾ ਉਹ ਕਾਪਰ ਅਤੇ ਫਿਰ ਲੋਹਾ। ਲੈਟ ਟੰਗੀ ਤੂੰ ਇਹ ਗੱਡੀ 'ਤੇ ਲਾ ਕੇ ਰਾਊਂਡ 'ਤੇ ਨਿਕਲਦਾ? ਇਹ ਕਿੱਥੋਂ ਆ ਗਈ ਲੈਟ ਤੇਰੇ ਕੋਲ? ਭਾਈ ਕਬਾੜ 'ਚ ਹਰ ਚੀਜ਼ ਆਉਂਦੀ ਹੈ। ਹਾਂ ਤੇ ਫਰਿੱਜ ਨਹੀਂ ਆ ਸਕਦੀ? ਫਰਿੱਜ ਆਈ ਸੀ ਲੇਕਿਨ ਉਹ ਚਲੀ ਗਈ। ਦੇ ਦਿਓ ਡੋਲਸ ਦੀ ਕੋਈ ਫਰਿੱਜ ਹੋਵੇ ਫੁੱਲ ਸਾਈਜ਼ ਤੁਹਾਡੇ ਕੋਲ ਆਈ ਚੱਲਦੀ ਚਲਾਉਂਦੀ। ਯਾਰ ਨਾਲੇ ਫੁੱਲ ਸਾਈਜ਼ ਮੰਗਦਾ, ਨਾਲੇ ਕਬਾੜ 'ਚ ਬਹੁ ਕਬਾੜ ਦੀਆਂ ਚੀਜ਼ਾਂ ਖਰਾਬ ਹੋਈਆਂ ਹੁੰਦੀਆਂ ਵਾ ਕਈ, ਸ਼ਾਦੋ ਨਾਜ਼ਰ ਜਾਂ ਕੋਈ ਸਹੀ ਸਹੀ ਸ਼ਹਿ ਨਿਕਲ ਆਵੇ ਤਾਂ ਉਹ ਫਿਰ ਰਿਪੇਅਰ ਕਰਾ ਦਿੰਦੇ, ਲੋਕ ਲੈ ਜਾਂਦੇ। ਨਹੀਂ ਹੈ ਕੋਈ ਐੱਲ ਈ ਡੀ ਪਈ ਆਪਣੇ ਕੋਲ? ਐੱਲ ਡੀ ਯਾਰ 8 ਇੰਚ ਦੀ ਹੋ ਜਾਵੇ। ਤੂੰ ਕਿਸੇ ਮਾਲ 'ਤੇ ਆਇਆ ਵਾ ਮਸਲਾ? ਕਬਾੜ 'ਚ ਕਹਿੰਦਾ ਤਾਂ ਹੈਗਾ ਹਰ ਸ਼ਹਿ ਆ ਜਾਂਦੀ ਹੈ। ਹਰ ਸ਼ਹਿ ਆ ਜਾਂਦੀ ਆ, ਪਰ ਐੱਲ ਡੀ ਹੁਣ ਕਿਹੜਾ ਕਬਾੜ 'ਚ ਦਿੰਦਾ ਜੀ 42 ਇੰਚ ਦੀ? ਨਹੀਂ ਕਿਸੇ ਦੀ ਸੜੀ ਸੁੜੀ ਹੋਵੇ ਮੈਂ ਠੀਕ ਕਰਾ ਲਵਾਂਗਾ। ਚਲੋ ਜੀ, ਕੋਈ ਆਏਗੀ ਤਾਂ ਤੁਹਾਨੂੰ ਦੱਸ ਦੇਵਾਂਗੇ। ਜੋ ਕਿੰਨੇ ਕੁ ਦੀ ਹੋਏਗੀ ਉਹ? ਆ ਇਸਤਰੀ ਦਾ ਹੋਣਾ ਉਹਦੇ ਨਾਲ ਚੱਲਦੀ ਆ। ਆ ਇਸਤਰੀ ਤੁਹਾਡੇ ਮੂੰਹ ਨਾਲ ਬਹੁਤ ਮੈਚ ਕਰ ਰਹੀ ਹੈ, ਵੇਖ ਲਓ ਤੁਸੀਂ ਇਹ ਦੇਖ। ਭਾਈ ਤੁਸੀਂ ਮਜ਼ਾਕ ਕਰ ਰਹੇ ਹੋ? ਨਹੀਂ ਮਜ਼ਾਕ ਵਾਲੀ ਗੱਲ ਨਹੀਂ, ਜਿਹੜੀ ਚੀਜ਼ ਚਾਹੀਦੀ ਆ ਭਾਈ ਸਾਨੂੰ ਦੱਸ ਜੀ। ਚੱਲਦੀ ਆ, ਇਹ ਦੌੜਦੀ ਆ। ਯਾਰ ਥੋੜ੍ਹਾ ਬਹੁਤਾ ਡਿਫੈਕਟ ਹੁੰਦਾ ਵਾ, ਇਹਨੂੰ ਚੈੱਕ ਕਰਵਾ ਲਈ ਅਤੇ ਚਾਲੂ ਕਰਾ ਲਈ। ਵੈਸੇ ਅੱਛੀ ਕੰਪਨੀ ਦੀ ਆ ਇਸਤਰੀ, ਚੈੱਕ ਕਰਕੇ ਦੇਣਾ, ਕੋਈ ਗਰੰਟੀ ਨਹੀਂ ਇਹਦੀ ਦਿੰਦਾ ਤੂੰ। ਯਾਰ ਮੈਂ ਇਲੈਕਟ੍ਰੀਸ਼ੀਅਨ ਆ, ਮੈਂ ਤਾਂ ਕਬਾੜੀ ਆ ਵਾ, ਤੂੰ ਜਾ ਕੇ ਦਿਖਾ ਲਈ। ਇਸਤਰੀ ਇੱਕ ਕਰਦੇ ਆ ਜਿਹੜੀ, ਅਤੇ ਦੋ ਸ਼ੇਰਾਂ ਵਾਲਾ ਕੰਬਲ ਪਿਆ ਆਪਣੇ ਕੋਲ ਕੋਈ ਸੈਕਿੰਡ ਹੈਂਡ ਆਇਆ ਹੋਵੇ? ਯਾਰ ਕਿੱਥੇ ਚਿਤਰਾਲ ਆਇਆ ਸ਼ੈਵਾਂ ਲੈਣ, ਤੈਨੂੰ ਐਡੀ ਠੰਡ ਲੱਗਣ ਡੀ, ਮਤਲਬ ਰਿਆਜ਼ ਨਹੀਂ ਆਪਣਾ? ਆਹਾ ਹਰ ਸ਼ੈ ਕੀ ਇੱਥੋਂ ਲੱਭ ਜੂਗੀ ਮਤਲਬ? ਆ ਜਿਹੜੀਆਂ ਚੀਜ਼ਾਂ ਭਾਈ ਪਈਆਂ ਸਾਹਮਣੇ ਦੇਖ ਲਓ,
लोहे च रह गए ना तुहाडा दोवां दा उस्ताद शागिरदां दा मूंह देखी लोहे वर्गा हो गया ਤੁਹਾਡਾ ਮੂੰਹ ਵੀ ਕਦੇ ਸਟੈਮ ਤੋਲ ਦਿੰਦਾ ਕੋਈ ਭਾਅ ਜੀ ਮਾੜੀ ਗੱਲ ਕਰਨ ਦਾ ਤਾਂ ਫਾਇਦਾ ਹੀ ਕੋਈ ਨਹੀਂ ਤੁਸੀਂ ਇਹ ਦੱਸੋ ਜਿਹੜੀ ਚੀਜ਼ ਸਾਡੇ ਕੋਲ ਪਈ ਹੈ ਨਾ ਅਤੇ ਆ ਬਾਕੀ ਕਿੱਥੇ ਆ ਅਤੇ ਪਾਰੀ ਪਏ ਆ ਇਹ ਬੇਕਾਰ ਹੈਗਾ ਵੇ ਪੱਖਾ ਇਹਦਾ ਤੋੜ ਲਿਆ ਵੇ ਇਹਨੇ ਵੀ ਕਚਰੇ 'ਚ ਜਾਣਾ ਵੇ ਲੋਹੇ 'ਚ ਜਾਣਾ ਸਕਰੈਪ 'ਚ ਇਹ ਹਾਂਜੀ ਸਕਰੈਪ 'ਚ ਜਾਏਗਾ ਹਾਂਜੀ ਉਹ ਪੱਖਾ ਦਿਖਾਓ ਹਾਂ ਯਾਰ ਤੂੰ ਤਾਂ ਐਂ ਜਿਵੇਂ ਹੋਲਸੇਲ ਦੀ ਦੁਕਾਨ 'ਚ ਆਇਆ ਤੈਨੂੰ ਉਹ ਚੀਜ਼ ਵਿਖਾਈਏ ਜਿਹੜੀਆਂ ਚੀਜ਼ਾਂ ਸਾਡੇ ਕੋਲ ਪਈਆਂ ਵਾ ਉਹ ਦੇਖ ਤੂੰ ਇਹ ਵੀ ਹੱਥ ਨਾਲ ਹੀ ਚੱਲਦਾ ਮੇਰਾ ਖਿਆਲ ਅਤੇ ਆਪਣਾ ਕੋਈ ਹੈ ਨਹੀਂ ਤੁਹਾਡੇ ਕੋਲ ਕੋਈ ਸੋਫਾ ਸੈੱਟ ਕੋਈ ਸੈਕਿੰਡ ਹੈਂਡ ਜਿਹਾ ਨਹੀਂ ਤੈਨੂੰ ਐਡੀਆਂ ਚੀਜ਼ਾਂ ਦੀ ਜ਼ਰੂਰਤ ਕੀ ਪਈ ਮਸਲਨ ਮਿੰਟ ਯਾਰ ਉਹ ਬੱਚੀ ਦੀ ਹੈਗੀ ਸ਼ਾਦੀ ਮੈਂ ਜਹੇਜ਼ ਨਹੀਂ ਨਵਾਂ ਲੈ ਸਕਦਾ ਇੱਥੋਂ ਜ਼ਰਾ ਸਸਤੀਆਂ ਲੱਭ ਜਾਂਦੀਆਂ ਨਹੀਂ ਇੰਨੀਆਂ ਸਸਤੀਆਂ ਨਹੀਂ ਹੁੰਦੀਆਂ ਅਸੀਂ ਵੀ ਹਜ਼ਾਰ ਦੋ ਹਜ਼ਾਰ ਦੇ ਬਚਤ ਦੇ ਨਾਲ ਸ਼ੈ ਲਈ ਦੀ ਆ ਬਹੁਤ ਸਾਰੀਆਂ ਸ਼ੈਵਾਂ ਥੋੜ੍ਹਾ ਬਹੁਤਾ ਡਿਫੈਕਟ ਹੁੰਦਾ ਵਾ ਮੁੜ ਕੇ ਨਿਕਲ ਜਾਂਦਾ ਵਾ ਅੱਛਾ ਅਤੇ ਆਪਣੇ ਕੋਈ ਓਵਨ ਪਿਆ ਹੋਵੇ ਓਵਨ ਸੈਕਿੰਡ ਹੈਂਡ ਓਵਨ ਯਾਰ ਸਾਰਾ ਜਹੇਜ਼ ਦਾ ਸਮਾਨ ਸਾਡੇ ਕੋਲੋਂ ਹੀ ਲੈਣਾ ਤੂੰ ਅੱਜ ਕਹਿੰਦੇ ਸਸਤਾ ਫਿਰ ਇਸ ਲਈ ਨਹੀਂ ਸਸਤੀਆਂ ਸੁਸਤੀਆਂ ਕੋਈ ਨਹੀਂ ਸ਼ੈਵਾਂ ਓਵਨ ਆਏਗਾ ਤਾਂ ਭਾਈ ਤੈਨੂੰ ਦੱਸ ਦੇਵਾਂਗੇ ਅੱਛਾ ਫਿਲਹਾਲ ਆਹ ਸ਼ੈਵਾਂ ਪਈਆਂ ਤੇਰੇ ਸਾਹਮਣੇ ਆ ਕਲਾਕ ਆਇਆ ਵੀ ਆ ਦੇਖ ਲਵੋ ਕਿਹੜਾ ਅਖਬਾਰ 'ਚ ਆਇਆ ਸੀ ਲੇਕਿਨ ਇਹ ਚੱਲਦਾ ਵਾ ਇਹ ਦੇਖੋ ਚੱਲਦਾ ਵਾਕਈ ਚੱਲ ਰਿਹਾ ਇਹ ਤੂੰ ਲਿਆ ਕੇ ਚਲਾਇਆ ਹੋਣਾ ਇੱਥੇ ਇਹ ਚੂੜੀ ਵੀ ਭਾਜੀ ਵਿੱਚੋਂ ਨਿਕਲ ਆਈ ਇਹਦੇ ਨਾਲ ਦੀਆਂ 12 ਕਰ ਦਿਓ ਉਹ ਯਾਰ ਤੂੰ ਅਨਾਰਕਲੀ ਆ ਜਾਂ 12 ਕਰਦਾ ਤੈਨੂੰ ਅਨਾਰਕਲੀ ਭਾਈ ਵਿੱਚੋਂ ਹੀ ਸਮਾਨ ਨਿਕਲ ਰਿਹਾ ਹੁਣ ਤੁਸੀਂ ਕਹਿੰਦੇ ਹੈ ਹੀ ਕੁਛ ਨਹੀਂ ਆਹ ਤੂੰ ਇੱਕ ਪਹਿਲਾਂ ਕੁੜੀ ਦਾ ਨਾ ਸੈਜ ਚੈੱਕ ਕਰਾਇਆ ਗੁੱਟ ਦਾ ਇਹ ਫਿਰ ਇਹ ਏਸੀ ਦਾ ਨਹੀਂ ਆਹੋ ਏਸੀ ਦਾ ਇਹ ਲੈ ਜਾ ਨਾ ਫਿਲਹਾਲ ਫਿਰ ਏਸੀ ਬਾਅਦ 'ਚ ਲਵਾ ਲਈ ਸਾਲ ਖਾਣ ਬਾਅਦ ਆਹੋ ਇਹ ਵੀ ਕਰ ਲੈਣਾ ਹੌਲੀ ਹੌਲੀ ਲਈ ਜਾਣਾ ਚੀਜ਼ਾਂ ਪਹਿਲੇ ਮੈਂ ਰਿਮੋਟ ਲੈ ਲੈਣਾ ਏਸੀ ਬਾਅਦ 'ਚ ਲੈ ਲਵਾਂਗਾ ਆਹੋ ਇੰਝ ਕਰ ਲਓ ਹੈਂ ਇਹ ਵੀ ਕਰ ਦਿਓ ਆ ਫੱਟੇ ਥੱਲੇ ਵੜ ਹਾਂ ਜ਼ਰਾ ਮੈਂ ਕਿਉਂ ਫੱਟੇ ਥੱਲੇ ਵੜਾਂ ਯਾਰ ਤੈਨੂੰ ਵੀ ਪਤਾ ਤੇਰਾ ਸਮਾਨ ਕਿੱਥੇ ਕਿੱਥੇ ਪਿਆ ਸਮਾਨ ਸਾਰਾ ਨਿੱਕਾ ਨਿੱਕਾ ਕਚਰਾ ਹੈਗਾ ਵਿੱਚ ਦੇਖ ਲਓ ਜਿਹੜੀ ਚੀਜ਼ ਚਾਹੀਦੀ ਹੈ ਤੁਹਾਨੂੰ ਮੇਨ ਸ਼ੈਵਾਂ ਕਿਹੜੀਆਂ ਚਾਹੀਦੀਆਂ ਮੇਨ ਭਾਈ ਮੈਨੂੰ ਚਾਹੀਦਾ ਏਸੀ ਫਰਿੱਜ ਅਤੇ ਓਵਨ ਚਲੋ ਫਿਰ ਟਾਈਮ ਨਾ ਜ਼ਾਇਆ ਕਰੋ ਉੱਧਰ ਗੋਦਾਮ ਹੈਗਾ ਪਰਲੇ ਪਾਸੇ ਉੱਥੇ ਦੇਖ ਲਓ ਜਾ ਚਲੋ ਉੱਠੋ ਚਲੋ ਉੱਠੋ ਜੀ ਅਦਨਾਨ ਸਾਹਿਬ ਅਦਨਾਨ ਚਲ ਪੁੱਤਰ ਦਿਖਾ ਇਹਨਾਂ ਨੂੰ ਚੀਜ਼ਾਂ ਅਦਨਾਨ ਅਦਨਾਨ ਵਿਖਾਏਗਾ ਅਤੇ ਭਾਅ ਜੀ ਇਹ ਕਿੱਥੋਂ ਆਉਂਦਾ ਸਮਾਨ ਸਾਰਾ ਕੰਪਨੀਆਂ ਦਾ ਹੁੰਦਾ ਨਹੀਂ ਕੰਪਨੀਆਂ 'ਚ ਕਿਹੜਾ ਆਉਣਾ ਵਾ ਇੱਥੇ ਲੋਕ ਦੇ ਜਾਂਦੇ ਜਿਹੜੇ ਛੋਟੇ ਕਬਾੜੀ ਹੈ ਫੇਰੀ ਵਾਲੇ ਜਿਹੜੇ ਫੇਰੀ ਵਾਲੇ ਆ ਉਹ ਦੇ ਦਿੰਦੇ ਚੀਜ਼ਾਂ ਇੱਥੇ ਤੁਸੀਂ ਆਪ ਨਹੀਂ ਜਾਂਦੇ ਮੈਂ ਕਿਉਂ ਜਾਣਾ ਟੁੱਟੀਆਂ ਤੇਰੀਆਂ ਤੂੰ ਵੀ ਜਾਇਆ ਕਰ ਸਾਡੀ ਮੇਨ ਦੁਕਾਨ ਆ ਅਸੀਂ ਕਿੱਥੇ ਲੈਣ ਜਾਣਾ ਇੱਥੇ ਲੋਕ ਦੇ ਕੇ ਜਾਂਦੇ ਆ ਜਿਹੜੇ ਕਬਾੜੀਏ ਓਏ ਹੋਏ 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 ਲੈ ਅੱਛਾ ਨਹੀਂ ਮੈਂ ਸਮਝਿਆ ਸੋਨੇ ਦਾ ਗੋਲਡ ਜਿਹਾ ਸੀਗਾ ਯਾਰ ਜੱਦੇ ਆਇਆ ਤੂੰ ਆ ਜਾ ਕਿੱਥੇ ਸੋਨੇ ਦਾ ਲਓ ਅਸਲ ਸਮਾਨ ਤੂੰ ਇੱਥੇ ਰੱਖੇ ਆ ਸਾਰਾ ਇਹ ਮੇਨ ਇਧਰਲੇ ਪਾਸੇ ਚੀਜ਼ਾਂ ਰੱਖੀ ਆ ਦੇਖੋ ਡੈਕ ਵੀ ਹੈਗਾ ਤੁਹਾਡੇ ਕੋਲ ਆ ਓਵਨ ਵੀ ਆ ਇਹ ਭਾਜੀ ਇਹ ਓਵਨ ਤੇ ਗਰਮ ਕਰਦਾ ਇਹ ਠੰਡਾ ਕਰਨ ਵਾਲਾ ਭਾਈ ਇਹਨੂੰ ਮਾੜਾ ਜਿਹਾ ਡਿਫੈਕਟ ਹੈਗਾ ਵਾ ਸਹੀ ਹੋ ਜਾਏਗਾ ਇਹ ਦੇਖੋ ਨਾ ਇਹ 14 ਇੰਚ ਦਾ ਸਪੀਕਰ ਆ ਹਾਂ ਤੇ ਕੁੜੀ ਦੇ ਵਿਆਹ ਤੇ ਲਾ ਕੇ ਸਾਰਾ ਟੱਬਰ ਨੱਚੇ ਉਹ ਕੁਛ ਨਹੀਂ ਹੁੰਦਾ ਸਰ ਨਹੀਂ ਭਾਅ ਜੀ ਨੱਚਣਾ ਕਦ ਲਈ ਆ ਇਹ ਖੁਸ਼ੀ ਦਾ ਮਕਾਮ ਆ ਦਾਰੀ ਬਾਤ ਨਹੀਂ ਤੇ ਇਹ ਧੁੱਪੇ ਰੱਖਾਂਗੇ ਤੇ ਚੀਜ਼ ਗਰਮ ਹੋਏਗੀ ਨਹੀਂ ਨਹੀਂ ਧੁੱਪੇ ਨਹੀਂ ਰੱਖੀਦਾ ਹਾਂ ਇਹਦੇ ਵਿੱਚ ਇਹ ਦੇਖੋ ਉਹ ਪਲੇਟ ਪਈ ਹੈ ਨਾ ਇੱਥੇ ਜਿਹੜੀ ਘਰੇ ਕਦੋਂ ਦੀ ਪਈ ਹੈ ਆਹ ਦੇਖੋ ਇਹ ਟੀਵੀ ਪਿਆ ਵਾ ਟੀਵੀ ਨਹੀਂ ਹੁਣ ਐਲਈਡੀ ਦਾ ਦੌਰ ਹੈਗਾ ਐਲਈਡੀ ਜਿਹਦੇ 'ਚ ਫੇਸਬੁੱਕ ਵੀ ਚੱਲੇ ਸਾਰਾ ਕੁਝ ਯਾਰ ਤੈਨੂੰ ਦੌਰ ਸਾਰੇ ਹੀ ਯਾਦ ਆ ਤੇ ਸ਼ੈਵਾਂ ਸਾਰੀਆਂ ਪੁਰਾਣੀਆਂ ਤੂੰ ਲੱਭਣ ਡਿਆ ਇੱਥੇ ਹੁਣ ਜਿਹੜੀ ਚੀਜ਼ ਕਬਾੜ ਕਬਾੜਖਾਨੇ ਉਹ ਪੁਰਾਣੀਆਂ ਹੀ ਲੱਭਦੀਆਂ ਹੋਰ ਮਤਲਬ ਇਹ ਕਿੰਨੇ ਦਾ ਇਹ ਭਾਅ ਜੀ 7000 ਰੁਪਏ ਕਿੰਨਾ 7000 ਇਹਦੇ 'ਚ ਆਉਂਦੀ ਫੋਟੋ ਫੋਟੋ ਚੈਨਲ ਕਿੰਨੇ ਚੈਨਲ ਇਹਦੇ ਯਾਰ ਚੈਨਲ 100 ਚੈਨਲ ਚੱਲੇਗਾ ਮੈਂ ਕਿਹੜਾ ਨੀਟ ਮਾਲ ਵੇਚਣ ਡਿਆ ਇਹਨੂੰ ਦਿਖਾ ਲਈ ਕੋਈ ਮਾੜਾ ਮੋਟਾ ਨੁਕਸ ਹੋਇਆ ਤੇ ਅਤੇ ਤੂੰ ਮੈਂ ਇੰਨੀਆਂ ਚੀਜ਼ਾਂ ਲੈਂਦੇ ਨਾਲ ਇੱਕ ਮਿਸਤਰੀ ਵੀ ਦੇ ਮੈਨੂੰ ਸਾਰੀਆਂ ਚੈੱਕ ਕਰਾ ਕਰਾ ਕੇ ਲਈ ਜਾਂਦਾ ਉਹ ਵੀ ਫਰਿੱਜ ਪਈ ਤੂੰ ਕਹਿੰਦਾ ਹੈ ਇਹ ਵੀ ਫਰਿੱਜ ਯਾਰ ਉੱਧਰ ਨਹੀਂ ਪਈਆਂ ਬਾਹੂ ਇੱਥੇ ਗੋਦਾਮ ਹੈਗਾ ਵੇ ਇਹ ਵੀ ਫਰਿੱਜ ਪਈ ਆ ਉਹ ਵੀ ਪਈ ਆ ਲੇਕਿਨ ਇਹਨਾਂ ਦਾ ਥੋੜ੍ਹਾ ਥੋੜ੍ਹਾ ਮਸਲਾ ਹੁੰਦਾ ਕਿਸੇ ਦਾ ਕੰਪਰੈਸਰ ਖਰਾਬ ਆ ਤੇਰਾ ਵੀ ਕੋਈ ਮਸਲਾ ਵਾ ਤੂੰ ਵੀ ਕੁਛ ਠੀਕ ਕਰਾ ਆਪਣੇ ਆਪ ਨੂੰ ਥੋੜ੍ਹਾ ਥੋੜ੍ਹਾ ਕਿੰਨਾ ਹੁੰਦਾ ਮਤਲਬ ਆ ਏਸੀ ਪਏ ਆ ਦੇਖ ਲਓ ਏਸੀ ਅੱਛੇ ਆ ਨਹੀਂ ਉਹ ਜਿਹੜਾ ਠੰਡੇ ਕਰਦੇ ਉਹ ਮੈਨੂੰ ਚਾਹੀਦਾ ਯਾਰ ਠੰਡਾ ਹੀ ਕਰਨਾ ਪੁੱਠਾ ਲਾਉਣਾ ਤੁਸੀਂ ਜਿਹੜੇ ਤੁਹਾਨੂੰ ਗਰਮ ਹਵਾ ਆਵੇ ਠੰਡਾ ਹੀ ਹੁੰਦਾ ਇਹ ਕਿੰਨੇ ਦਾ ਇਹ 13000 ਰੁਪਏ ਦਾ ਹੈ ਹਾਂਜੀ 13000 ਦਾ ਹੈ ਤਾਂ ਯਾਰ ਤੇਰੀ ਇੰਜ ਨਿਕਲਦੀ ਆ ਜਿਵੇਂ ਪਤਾ ਇਹਦਾ ਆਊਟਡੋਰ ਵੀ ਆ ਨਾਲ
ਸ਼ੈਵਾਂ ਤੂੰ ਸਾਰੀਆਂ ਲੈਣ ਤੁਰਿਆ ਹਾਂ ਹਾਇਰ ਦਾ ਇਹ ਹਾਇਰ ਦਾ ਵਾ ਉਹ ਕਿਸੇ ਹੋਰ ਕੰਪਨੀ ਦਾ ਇਹ ਕੀ ਦਈ ਹੈ ਭਾਈ ਜਿੱਦਾਂ ਲੋਕੀ ਦੇ ਕੇ ਜਾਂਦੇ ਆ ਉਦਾਂ ਹੀ ਅਸੀਂ ਰੱਖ ਲੈਂਦੇ ਹਾਂ ਸਮਝਦੇ ਨਾ ਉਦਾਂ ਹੀ ਅੱਗੇ ਦੇ ਦਿੰਦੇ ਸਾਰੀ ਬਾਤ ਹੈ ਉਹ ਸਿਲੰਡਰ ਕਿੰਨੇ ਦਾ ਸਿਲੰਡਰ ਦੇਖ ਲਓ 10,000 ਦਾ ਗੈਸ ਪਾ ਕੇ ਉਹ ਗੈਸ ਨਹੀਂ ਪਾ ਕੇ ਭਾ ਅੱਛਾ ਗੈਸ ਗੂਸ ਤੁਸੀਂ ਆਪ ਹੀ ਪਾਉਣੀ ਹੈ ਤੈਨੂੰ ਵੈਸੇ ਗੈਸ ਹੋਈ ਲੱਗਦੀ ਤੇਰੇ ਕੋਲ ਗੱਲ ਨਹੀਂ ਸਹੀ ਹੋ ਰਹੀ ਤੈਨੂੰ ਧੋ ਕੇ ਵੀ ਨਾਲ ਅਸੀਂ ਦੇਣਾ ਜਿਹੜੀ ਚੀਜ਼ ਤੂੰ ਲੈ ਕੇ ਜਾਣੀ ਆ ਉਹ ਆਪ ਜ਼ਿੰਮੇਦਾਰ ਆ ਤੂੰ ਮੈਂ ਪਹਿਲੋਂ ਜਾਵਾਂ ਉੱਥੇ ਧਵਾਵਾਂ ਇਹਨੂੰ ਫਿਰ ਘਰ ਲਿਜਾਵਾਂ ਇਹ ਤਾਂ ਗਿੱਲੇ ਇਹ ਤਾਂ ਸੁੱਕਣਾ ਹੀ ਖਰੇ ਕਿੰਨੇ ਦਿਨਾਂ ਦੀ ਕੁੜੀ ਦਾ ਭਾਵੇਂ ਵਿਆਹ ਲੰਘ ਜਾ ਅਤੇ ਚੱਲ ਕੁੜੀ ਨੇ ਜਾਂਦਿਆਂ ਫੌਤ ਹੋ ਜਾਣਾ ਵਾ ਉਹਨੂੰ ਮਗਰਦੇ ਆ ਲੋਕ ਜੇਦ ਬਾਅਦ 'ਚ ਵੀ ਦਿੰਦੇ ਹੀ ਆ ਅੱਛਾ ਅੱਲਾਹ ਤਾਲਾ ਤੁਹਾਨੂੰ ਨਾ ਥੋੜ੍ਹੇ ਬਹੁਤੇ ਪੈਸੇ ਦੇਵੇ ਉਸਤਾਦ ਸ਼ਿਗਿਰਦ ਨਾ ਹੋ ਤੁਸੀਂ ਵੀ ਨਾ ਐਡੀ ਛੇਤੀ ਵਿਆਹ ਨਾ ਰੱਖੋ ਪਹਿਲਾਂ ਤੈਨੂੰ ਸਾਲ ਸਮਾਨ ਇਕੱਠਾ ਕਰਨ ਲੱਗਿਆਂ ਲਾਉਣਾ ਤੂੰ ਕਬਾੜ 'ਚੋਂ ਤਾਂ ਹਰ ਸ਼ੈ ਲੈਣੀ ਆ ਤੂੰ ਸਮਝਦਾ ਨਾ ਯਾਰ ਇਹ ਵੀ ਚੱਲ ਹੀ ਜਾਂਦਾ ਕੋਈ ਐਸੀ ਗੱਲ ਨਹੀਂ ਅੱਛਾ ਹੋਰ ਮੈਂ ਕੀ ਲੈਣਾ ਸੀ ਹਾਂ ਉਹ ਡਿਨਰ ਸੈੱਟ ਨਹੀਂ ਪਿਆ ਉਹ ਭਾਈ ਡਿਨਰ ਸੈੱਟ ਹੈ ਨਾ ਮੈਟਰਸ ਕੋਈ ਬੈੱਡ ਕੋਈ ਸੋਫੇ ਇੱਦਾਂ ਦੀਆਂ ਚੀਜ਼ਾਂ ਭਾਈ ਸਾਡੇ ਨਹੀਂ ਸੇਫ ਅਲਮਾਰੀ ਪਈ ਕੋਈ ਸੇਫ ਅਲਮਾਰੀ ਵੀ ਕੋਈ ਨਹੀਂ ਹੈ ਇਹ ਚੀਜ਼ਾਂ ਉਹਨੂੰ ਕਿਤੇ ਬਾਹਰੋਂ ਵੀ ਕੋਈ ਖਰੀਦ ਲਾ ਕੇ ਸਾਰੇ ਤੂੰ ਸਾਡੀ ਦੁਕਾਨ ਨਹੀਂ ਉਹ ਕਹਿੰਦੇ ਇੱਕੋ ਦੁਕਾਨ ਤੋਂ ਲਈਦਾ ਸੌਦਾ ਸਾਰਾ ਦੂਜੀ ਦੁਕਾਨ ਤੋਂ ਲਈਏ ਤਾਂ ਗਨਾਹ ਹੁੰਦਾ ਜਾਂ ਫੌਲ ਹੋ ਜਾਂਦਾ ਨਹੀਂ ਉਹ ਫਿਰ ਅੱਛਾ ਨਹੀਂ ਲੱਗਦਾ ਬੰਦਾ ਹੁਣ ਜਗ੍ਹਾ ਜਗ੍ਹਾ 'ਤੇ ਫਿਰਦਾ ਰਹੇ ਤੂੰ ਤਾਂ ਵੈਸੇ ਵੀ ਅੱਛਾ ਨਹੀਂ ਲੱਗਦਾ ਇਹ ਤੋਲ ਕੇ ਦਿਓਗੇ ਨਾ ਸਾਰੀਆਂ ਚੀਜ਼ਾਂ ਨਹੀਂ ਤੋਲ ਕੇ ਸਕਰੈਪ ਹੁੰਦੀ ਆ ਜਿਹੜੀਆਂ ਇੱਦਾਂ ਦੀਆਂ ਸਕਰੈਪ ਹੀ ਲੈ ਕੇ ਚੱਲਾਂ ਯਾਰ ਸਕਰੈਪ ਆ ਲੇਕਿਨ ਇਹਨਾਂ ਨੂੰ ਅਸੀਂ ਕਿਹੜਾ ਤੋਲ ਲਿਆ ਵਾ ਇਹ ਇੰਜ ਹੀ ਦੇਈਦੀਆਂ ਵਾ ਉਹ ਬਿੱਲੀ ਸਾਨੂੰ ਚਾਹੀਦੀ ਤੋਤਾ ਹੈਗਾ ਗੱਲਾਂ ਕਰਨ ਵਾਲਾ ਚਿੜੀਆਂ ਜਿਹੜੀਆਂ ਆਸਟ੍ਰੇਲੀਅਨ ਉਹ ਵੀ ਸੈਕਿੰਡ ਹੈਂਡ ਕੋਈ ਪਈਆਂ ਹੋਣੀਆਂ ਭਾਅ ਜੀ ਇਹ ਕਬਾੜ ਦੀ ਦੁਕਾਨ ਆ ਚਿੜੀਆ ਘਰ ਆਇਆ ਉਹ ਨਹੀਂ ਕੱਪੜੇ ਦੀਆਂ ਨਹੀਂ ਬਣੀਆਂ ਹੁੰਦੀਆਂ ਜਿਹੜੀਆਂ ਉਹਨਾਂ ਦੀ ਗੱਲ ਕਰਦਾ ਉਹ ਚਾਈਨਾ ਤੋਂ ਆਉਂਦੀਆਂ ਜਿਹੜੀਆਂ ਨਹੀਂ ਉਹ ਸਾਡੇ ਕੋਲ ਨਹੀਂ ਆਇਆ ਉਹ ਤਾਂ ਕੋਈ ਕਬਾੜ 'ਚੋਂ ਕੋਈ ਫੋਲ ਫਲਈਆ ਕਰੀਏ ਤਾਂ ਸ਼ਾਇਦ ਕੋਈ ਨਿਕਲ ਆਵੇ ਐੱਲ ਈ ਡੀ ਪਈ ਆ ਅਤੇ ਇਹ ਨਹੀਂ ਤੂੰ ਮੈਨੂੰ ਦੇ ਰਿਹਾ ਇਹ ਜਿਹੜੀ ਉਹ ਭਾਈ ਤੂੰ 42 ਇੰਚ ਦੀ ਮੰਗ ਰਿਹਾ ਅਤੇ ਤੈਨੂੰ ਮੈਂ ਕਿੱਥੋਂ ਨਵੀਂ ਦੇ ਦਾਂ ਐੱਲ ਈ ਡੀ ਲਿਆ ਕੇ ਇਹ ਕਿੰਨੇ ਇੰਚ ਦੀ ਹੈ ਇਹ 14 ਦੀ ਇਹ 14 ਦੀ ਹਾਂ ਇਹ ਕਿੰਨੇ ਦੀ ਇਹਦੀ 7,000 ਦੀ ਆਹ ਕੂਲਰ ਕਿੰਨੇ ਦਾ ਉਹ ਕੂਲਰ ਭਾਈ ਸਾਡਾ ਅਸੀਂ ਪਾਣੀ ਪੀਣ ਲਈ ਗਰਮੀ 'ਚ ਰੱਖਿਆ ਵਾ ਤੈਨੂੰ ਸਮਾਨ ਦੇ ਕੇ ਦੁਕਾਨ ਨੂੰ ਤਾਲਾ ਨਾ ਲਾ ਦਾਂ ਮੈਂ ਆਹ ਵੇ ਸੇਬ ਅਲਮਾਰੀ ਵੀ ਪਈ ਹੈ ਵੇਖੋ ਉਹ ਇਹ ਤਿਜੋਰੀ ਆ ਭਾ ਤੇਰੇ ਕੋਲ ਤਾਂ ਇਹਦੇ ਪੈਸੇ ਪਤਾ ਨਹੀਂ ਕਿੱਦਾਂ ਨਿਕਲਣੇ ਤਾਂ ਤਿਜੋਰੀ 'ਚ ਕੀ ਰੱਖਣਾ ਤੂੰ ਇਹ ਕੂਲਰ ਵੀ ਚਾਹੀਦਾ ਮੈਨੂੰ ਇਹ ਚਾਹੀਦਾ ਨਹੀਂ ਇਹ ਨਹੀਂ ਵੇਚਣਾ ਭਾ ਕਿਉਂ ਤੇ ਆਪਣੇ ਪਾਣੀ ਪੀਣ ਵਾਸਤੇ ਰੱਖਿਆ ਤਾਂ ਤੂੰ ਹੋਰ ਲੈ ਲਈ ਤੂੰ ਹੀ ਹੋਰ ਲੈ ਲੈ ਕਿਤੇ ਤੈਨੂੰ ਘੜੀ ਘੜੀ ਪਾਣੀ ਪੀਣਾ ਦਸ਼ ਪੈਂਦੀ ਤੈਨੂੰ ਹੋਰ ਭਾਂਡੇ 'ਚ ਪੀ ਲਵੇ ਉੱਧਰ ਪਿਆ ਭਾਈ ਥੋੜ੍ਹੇ ਦੇ ਨਾਲ ਸਮਾਨ ਤੋੜਨਾ ਪੈਂਦਾ ਪਿਆਸ ਲੱਗਦੀ ਹੈ ਨਹੀਂ ਇਹ ਕੂਲਰ ਦੱਸੋ ਕਿੰਨੇ ਦਾ ਤੁਹਾਨੂੰ ਹੋਰ ਆ ਜਾਣਾ ਨਾ ਭਾ ਕੂਲਰ ਆ ਜਾਏਗਾ ਅਸੀਂ ਤਾਂ ਆਪਣੇ ਪਾਣੀ ਪੀਣ ਲਈ ਰੱਖਿਆ ਇਹ 'ਚ ਪਾਣੀ ਹੈਗਾ ਲੈ ਪਾਣੀ ਤਾਂ ਹੈ ਹੀ ਨਹੀਂ ਇਹਦੇ 'ਚ ਆਹ ਵੇਖ ਲਾ ਤੂੰ ਕਿੱਥੋਂ ਪੀਣਾ ਤੂੰ ਕੋਈ ਨਹੀਂ ਮੁੰਡਾ ਹੈਗਾ ਛੋਟਾ ਦਨਾਨ ਇਹਨੇ ਭਰ ਲਿਆਣਾ ਨਹੀਂ ਇਹ ਵੀ ਵਿੱਚ ਦਿਓ ਨਹੀਂ ਭਾਈ ਕੂਲਰ ਨਹੀਂ ਮਿਲਣਾ ਫਿਰ ਮੈਂ ਹੋਰ ਵੀ ਕੋਈ ਚੀਜ਼ ਨਹੀਂ ਲੈਣੀ ਇਹਨੂੰ ਭਰ ਕੇ ਬਰਫ਼ ਪਾ ਕੇ ਤਾਂ ਦਿਓ ਕਿੰਨੇ ਪੈਸੇ ਤੁਸੀਂ ਦੇ ਯਾਰ ਬਰਫ਼ ਪਾ ਕੇ ਬੱਸਾਂ 'ਚ ਪਾਣੀ ਵੇਚਣਾ ਤਾਂ ਉਹ ਯਾਰ ਬੱਸਾਂ 'ਚ ਨਹੀਂ ਹਾਂ ਚਲੋ ਰਸਤੇ 'ਚ ਪੀਂਦੇ ਜਾਵਾਂਗੇ ਨਾਲੇ ਵਿੱਚੋਂ ਤੂੰ ਵੀ 2 ਗਲਾਸ ਪੀ ਲਈ ਜਾ ਨਹੀਂ ਭਾ ਇਹ ਤਾਂ ਸਾਡੇ ਆਪਣੇ ਦੁਕਾਨ ਵਾਸਤੇ ਰੱਖਿਆ ਨਹੀਂ ਭਾਈ ਅਗਰ ਇਹ ਨਹੀਂ ਦੇਣਾ ਫਿਰ ਮੈਂ ਕੋਈ ਚੀਜ਼ ਨਹੀਂ ਲੈਣੀ ਅਤੇ ਯਾਰ ਉਦੋਂ ਦਾ ਕਿਉਂ ਟਾਈਮ ਜ਼ਾਇਆ ਕਰਨ ਡਿਆ ਖਪਾਉਣ ਡਿਆ ਸਾਨੂੰ ਜਦੋਂ ਕੁਛ ਇਹ ਤੁਹਾਡਾ ਵੀ ਵੇਚ ਦਿਓ ਉਹ ਇਹ ਮੈਦਾਨ ਆ ਭਾਈ ਤੋੜ ਵਾਸਤੇ ਰੱਖਿਆ ਤੋੜ ਭੰਨ ਕਰਨ ਵਾਸਤੇ ਰਹਿਣ ਦੇ ਨੇ ਕਿਉਂਕਿ ਤੋੜ ਭੰਨ ਕਰਕੇ ਸਾਨੂੰ ਵੀ ਦੇ ਦਿਓ ਅਦਨਾਨ ਇਹ ਕੂਲਰ ਕਦੋਂ ਦਾ ਇੱਥੇ ਪਿਆ ਨਹੀਂ ਆ ਪਾਣੀ ਪੀਣ ਪਾਣੀ ਪੀਣ ਲਈ ਹਾਂ ਤਾਂ ਮੈਂ ਵੀ ਇਹ 'ਚ ਪਾਣੀ ਪੀਣਾ ਮੈਂ ਕਿਹੜਾ ਸ਼ਰਾਬ ਪੀਣੀ ਇਹਦੇ 'ਚ ਇਹ ਨਹੀਂ ਗੱਲ ਵਾ ਜਿਹੜੀਆਂ ਪਰਸਨਲ ਚੀਜ਼ਾਂ ਇਸਤੇਮਾਲ 'ਚ ਸਾਡੇ ਆ ਉਹ ਤੈਨੂੰ ਕਿੱਦਾਂ ਦੇ ਦਈਏ ਤੇਰੇ ਕੋਲ ਉੱਧਰ ਬੋਤਲਾਂ ਪਈਆਂ ਨਹੀਂ ਖਾਲੀ ਉਹਦੇ 'ਚ ਭਰ ਕੇ ਪੀ ਲਈ ਗੰਦੀਆਂ ਬੋਤਲਾਂ 'ਚ ਪਾਣੀ ਪੀਵਾਂ ਮੈਂ ਧੋ ਲਈ ਇੰਜ ਹਲਾਲ ਨਹੀਂ ਥੋੜ੍ਹਾ ਜਿਹਾ ਕੁਛ ਨਹੀਂ ਹੁੰਦਾ ਨਹੀਂ ਚਿਹਰੇ ਤੋਂ ਤਾਂ ਲੱਗਦਾ ਤੂੰ ਸਾਫ਼ 'ਚ ਹੀ ਪੀਣਾ ਹੁਣ ਭਾਅ ਜਿਹੜੀਆਂ ਚੀਜ਼ਾਂ ਤੈਨੂੰ ਦਿਖਾਈਆਂ ਵਾ ਉਹਦਾ ਬਿੱਲ ਬਣਾਵਾਂ ਮੈਂ ਨਹੀਂ ਇਹ ਕੂਲਰ ਵਿੱਚ ਦੇ ਦੇ ਉਹ ਯਾਰ ਕੂਲਰ ਕੀ ਤੈਨੂੰ ਕਿਸੇ ਪੀਰਾਂ ਨੇ ਦੱਸਿਆ ਵੀ ਕੂਲਰ ਇਹ ਲੈਣਾ ਵਾ ਕੁੜੀ ਨੂੰ ਦੇਣਾ ਨਹੀਂ ਯਾਰ ਜ਼ਰਾ ਕਲਰ ਮੈਨੂੰ ਬਹੁਤ ਅੱਛਾ ਲੱਗਿਆ ਕਲਰ ਇਹ ਹੋਰ ਵੀ ਲੱਭ ਜਾਂਦਾ ਕਿਤੋਂ ਉੱਥੇ ਲੈ ਲਈ ਕੂਲਰ ਵੀ ਦੇ ਦੇ ਉਹ ਚੀਜ਼ਾਂ ਵੀ ਦੇ ਦੇ ਸਾਰਾ ਕੁਝ ਦੇ ਦੇ ਕੂਲਰ ਨਹੀਂ ਦੇਣਾ ਭਾ ਮਿਹਰਬਾਨੀ ਤੇ ਨਾ ਦੇ ਫਿਰ ਤੂੰ ਗਾਹਕ ਹੱਥੋਂ ਕੱਢ ਰਿਹਾ ਗਾਹਕ ਨਿਕਲ ਹੀ ਜਾਵੇ ਤਾਂ ਚੰਗੀ ਗੱਲ ਆ ਜਿੰਨਾ ਦੁੱਖ ਪਾ ਦਿੱਤਾ
दुश्मन नी पा कबाड़ चाया हड्डी का दी भाई ऊंट की हड्डी है ऊंट की तू सहराई कबाड़िया वेचो लभी तेन भाई कबाड़ चाई है बस रखी है ये महंगी होंगी है हाँ ऊंट की हड्डी तुम पता सुने ऊंट की हड्डी घर हो लड़ाई झगड़ा नहीं होता इन्नी लड़ाई झगड़ा होंगे वह सिर पाड़न लिए वाह मदद करती है कहते ऊंट की हड्डी घर रहो जादू टूना घर च लड़ाई नहीं रही तेरे तो घर लड़ाई रहनी है जो तू कम नहीं करना लड़ाई तेरी मेरी भी रहनी है जो तू मैं कूलर ही नहीं देना कूलर नहीं देना पा रख दे आज चीज यह भी तोल दे बेच यह भी दे दे तो बाकी ऊंट कितने है वो बाकी ऊंट तेन बिच पवा के दवा सारा ऊंट या सिर्फ हड्डी में ला जावा घर हड्डी लै जा जो चाहिए है ये तो सुने लॉकेट बड़ा अच्छा बनेगा बन मेरे लोग कुड़ी का सैट बना ली पूरा पिछले मैं फोन आने लग पा तेरी मेहरबानी दे दे है चल भा फोन आ रहा आ रहा मैं उन्हें कोई खलोता वा कूलर नहीं दे रहा एक बार हैलो कर देना हैलो सुन ले अभी कर रही है ना कबाड़िए को खलोता भाजी बनाओ बिल बनाओ आ जाओ आ जाओ बिल भी तू ना बना लो बना लेने शेर बना यार बिल एक ओवन है शेर अली है ना तो ना हाँ जी शेर अली तो मेरे लिए कितने है कबाल है भाई कबाड़िया वा अच्छा शेर अली मेरे लिए है ना फैसलाबाद से एक ओवन हैगा एक आ जड़ा अंदर पिया वा 7000 किन्ना 7000 दा एक आ बोला तू 7000 दा उत्ते ओदे 7 लग जाना ते तेरी जिम्मेदारी है बहुत साडी नहीं कबाड़ दा यही काम हुंदा अच्छा गारंटी गारंटी कोई नहीं हुंदी एसी एसी है डॉलर्स दा 10000 ਦਾ ਆ ਤੇ ਆਊਟਡੋਰ ਉਹਦਾ ਕਿਸੇ ਹੋਰ ਕੰਪਨੀ ਦਾ ਇਹ ਵੀ ਲਿਖਾ ਨਾ ਇੱਕਲ ਕਬਾੜ ਚ ਲੈਦਾ ਲੈਦਾ ਚੀਜ਼ਾਂ ਹੁੰਦੀਆਂ ਭਾਈ ਤੈਨੂੰ ਅੱਛਾ ਉਹ ਕਿੰਨੇ ਦਾ ਇੱਕ ਐਲਡੀ ਆ 14 ਇੰਚ ਦੀ 10000 ਦਾ ਹਾਂਜੀ ਬੰਦ ਐਲਡੀ 7 ਦੀ ਲਾਈ ਹੈ ਇਹ ਤੇ ਉਹਦੇ ਚ ਆਉਣਾ ਤੇ ਕੁਛ ਵੀ ਨਹੀਂ ਤੇ ਤੂੰ ਕਿੰਨੇ ਪੈਸੇ ਲਾਈ ਜਾਂਦਾ ਉਹਦੇ 7000 ਆ ਬਕਾਇਆ ਛੋਟੀਆਂ ਛੋਟੀਆਂ ਚੀਜ਼ਾਂ ਮੈਂ ਉਹਨਾਂ ਦਾ ਬਣਾ ਦੋ ਟੋਟਲ ਬਿਲ 600 ਰੁਪਏ ਉਹਨਾਂ ਦਾ ਲਾ ਦਿੰਦੇ ਉਹਦਾ ਟੋਟਲ 600 ਉਹਨਾਂ ਦਾ ਹਾਂ चक्कर मार लिया करी जो लड़ाई होवे ना उन्होंने वैसे तेन भी ना हाथ ला के किसी ने छड़िया सदका चलो जी हड्डी किने दी हड्डी लैनी है पानी पीना हथी नलके तो पी तू इत कूलर पी कनी तू चल ला दे यार आप ही ला दे किन्ने कूलर दे नहीं 1000 रुपया नहीं मैं बिच बर्फ बर्फ भी पानी बर्फ भी पानी तो भर के तो बर्फ पा के देना चलो जिदा मर्जी 800 रुपया ला लो कूलर एड्रेस लिख लो सारा समान लोड करा दे और लोड तू की ले लिया जो लोड करा दिए तेन तो की मैं सिर ते रख के ले जाना सारा कुछ कंटेनर दी शावा ले लिया तू भाई एड्रेस लिख लो तुसी कितना टोटल पैसे कूलर के नाल गिलास फ्री है तू आप गया गिलास 25200 ते हुण तू छड के आएगा कि सुखोता रेड़ी ते ले जावां यार तेरी जिम्मेदारी है जिते मर्जी ले जा बहू सानू के पिकअप वाले नु कर फोन माल लोड करे इन्ने समान लई मैं पिकअप वाले नु फोन करा ते होर मैं कद च लेके जावां ये देख ला भाई ते चॉपर च पा दे फिर मैं ले जाना यार तेनू एसी शॉपर जी किदा पा दिए तुसी एड्रेस लिख लो मेरा एड्रेस लिखाओ जी आ लियो जी पीएफ कॉलोनी मकान नंबर 420 आ मकान भी तेरा 2 नंबर ही है
ਜਾਲ ਸਾਦੀ ਵਾਲਾ 420 ਬੜਾ ਬਿਜ਼ਨਸ ਆ ਯਾਰ ਤੇਰਾ ਇਹਦੇ ਕੋਲ ਤੁਸੀਂ ਸਮਾਨ ਭੇਜ ਦਿਓ ਸਾਰਾ ਪੈਸੇ ਹੋਣੇ ਹੈਗੇ 20 ਰੁਪਏ ਲੈ ਲਾ 20 ਰੁਪਏ ਹੈ ਜਿਹੜੇ ਉਤਲੇ ਬਣਦੇ ਪਏ ਉਹ ਵੀ ਰੱਖ ਲਾ ਕਿਤੇ ਜੂਸ ਜਾਸ ਪੀ ਲੈਂ ਤੇਰਾ ਦਿਲ ਘਬਰਾਉਣ ਡਿਆ ਇਹ ਤੁਸੀਂ ਰੱਖ ਲਓ ਫਿਰ ਆ 30 ਰੁਪਏ ਐਡਵਾਂਸ ਉਹ ਯਾਰ 30 ਰੁਪਏ ਐਡਵਾਂਸ 25,000 ਦਾ ਕੰਮ ਆ ਤੇ ਤੂੰ ਐਡਵਾਂਸ ਤੇ ਉਹਦੇ ਹਿਸਾਬ ਨਾਲ ਕਰਨਾ ਮੈਂ ਪੈਸੇ ਦੇਵਾਂਗਾ ਤੇ ਮਾਲ ਲਾਈ ਨਹੀਂ ਤੇ ਵਾਪਸ ਲੈ ਆਈ ਤੂੰ ਤੁਹਾਡੇ ਕੋਈ ਫੌਤਗੀ ਹੋ ਜਾਏ ਤੂੰ ਉੱਧਰ ਚੱਲ ਜਾ ਤੇ ਅਸੀਂ ਸਮਾਨ ਲੈ ਕੇ ਬੂਹੇ ਅੱਗੇ ਬੈਠੇ ਰਹੀਏ ਹੁਣ ਇੱਥੋਂ ਜਾਂਦੇ ਹੀ ਫੌਤਗੀ ਹੋ ਜਾਣੀ ਜ਼ਿੰਦਗੀ ਮੌਤ ਦਾ ਕੀ ਪਤਾ ਤੇ ਫੇਰ ਹੀ ਪਤਾ ਲੱਗੇਗਾ ਨਾ ਕਿ ਅਸੀਂ ਪਹਿਲੇ ਹੀ ਪੈਸੇ ਦੇ ਦਿੱਤੇ ਭੇਜ ਦੋ ਯਾਰ ਭਾਈ ਉਹ ਅਦਨਾਨ ਨੂੰ ਨਾਲ ਭੇਜ ਮੈਂ ਪੈਸੇ ਦੇਵਾਂ ਘਰ ਉਹ ਅਦਨਾਨ ਜਾਂ ਇਹਨਾਂ ਦੇ ਘਰੋਂ ਪੈਸੇ ਲੈ ਕੇ ਆ ਸਾਰੇ ਪੈਸੇ ਮੈਨੂੰ ਦੇ ਦਿਆਂ ਉਹ ਬੱਚੇ ਨੂੰ ਰਾਹ ਹੀ ਕੋਈ ਖੋਲ ਹੋਵੇ ਫੇਰ ਨਹੀਂ ਕੋਈ ਨਹੀਂ ਖੋਂਦਾ ਅੱਗੇ ਵੀ ਪੇਮੈਂਟ ਲੈ ਆਉਂਦਾ ਕੋਈ ਮਸਲਾ ਨਹੀਂ ਚਲੋ ਠੀਕ ਆ ਜੀ ਇਹ ਭੇਜ ਦੇਣਾ ਫਿਰ ਮਿਹਰਬਾਨੀ ਬਸ ਠੀਕ ਆ ਮਿਹਰਬਾਨੀ ਯਾਰ ਹਾਥੀ ਨਹੀਂ ਬੁਲਾਉਂਦਾ ਕੋ ਗੈਰ ਮਜ਼ਬ ਤੂੰ ਹੈ ਜਾਂ ਮੈਂ ਕੀ ਹੈ ਯਾਰ ਤੂੰ ਸਤਾਇਆ ਹੀ ਇੰਨਾ ਵਾ ਨਾਲੇ ਐਸ ਓ ਪੀਜ਼ ਦਾ ਖਿਆਲ ਨਹੀਂ ਕਰਦਾ ਤੈਨੂੰ ਪਤਾ ਵੀ ਅੱਛਾ ਸੈਨੀਟਾਈਜ਼ਰ ਕੋ ਆਇਆ ਹੋਵੇ ਸੈਕਿੰਡ ਹੈਂਡ ਤੇਰੇ ਕੋ ਸੈਨੀਟਾਈਜ਼ਰ ਵੀ ਦੇ ਦਈਏ ਮੈਂ ਯਾਰ ਤੇਰੇ ਮਾਸਕ ਆਏ ਆ ਕੋ ਪੁਰਾਣੇ ਤੂੰ ਜ਼ਿੰਦਗੀ 'ਚ ਫਸਟ ਹੈਂਡ ਵੀ ਕੋਈ ਸ਼ੈ ਲਈ ਆ ਤੂੰ ਸਾਰੀਆਂ ਸੈਕਿੰਡ ਹੈਂਡ ਲੈਂਦਾ ਚੀਜ਼ ਦਾ ਇੱਦਾਂ ਹੀ ਹੌਲੀ ਹੌਲੀ ਬਣਦਾ ਸਮਾਨ ਇਹ ਪਰਚੀ ਮੈਨੂੰ ਦੇ ਦਿਓ ਆਜ਼ਾਦ ਨਾਨ ਇਹਦੇ ਨਾਲ ਆ ਜੀ ਖਾਨ ਸਾਹਿਬ ਜਾ ਯਾਰ ਨਾਲ ਇਹ ਵਾਪਸੀ ਆ ਜਾਏਗਾ ਇਹ ਆ ਜਾਏਗਾ ਯਾਰ ਤੈਨੂੰ ਕਾਹਦਾ ਫਿਕਰ ਹੈ ਪੈਸੇ ਭੇਜ ਲੈ ਆਏਗਾ ਮੁੰਡਾ ਅੱਗੇ ਵੀ ਜਿਹੜਾ ਘਰੋਂ ਜੋ ਆ ਜਾਂਦਾ ਇੱਥੇ ਵੀ ਆ ਹੀ ਜਾਏਗਾ ਚਲੋ ਮਿਹਰਬਾਨੀ ਯਾਰ ਫਿਰ ਉਹੀ ਗੱਲ ਬਾਰ ਬਾਰ ਇੱਥੇ ਕਰੋਨਾ ਹੈਗਾ ਵਾ ਤੂੰ ਹੱਥ ਹੱਥ ਮਲਾਈ ਜਾਂਦਾ ਕੂਲਰ ਮੈਂ ਲੈ ਚੱਲਾਂ ਵਾ ਬਾਕੀ ਚੀਜ਼ਾਂ ਤੋਂ ਭੇਜ ਦੀ ਆ ਕੁੜੀ ਨੂੰ ਕੂਲਰ ਪਹੁੰਚਾ ਪਹਿਲਾਂ ਤੂੰ ਪਕਾਇਆ ਚੀਜ਼ਾਂ ਨੂੰ ਬਾਅਦ 'ਚ ਦੇ ਦੇ ਇਹ ਦੇ ਉਹਨੂੰ ਜਾ ਕੇ ਮੈਂ ਕਿਹਾ ਚਲੋ ਹੌਸਲਾ ਤੇ ਹੋ ਜਾਏਗਾ ਨਾ ਹਾਂ ਹੈ ਉਹਨੂੰ ਕਹਿ ਸਮਾਨ ਆ ਪਹੁੰਚਾਓ ਟਰੱਕ ਕਰਾ ਲਈਏ ਉੱਧਰ ਭੇਜ ਦੇ ਪਹਿਲਾਂ 2 ਦਿਨ ਸਮਾਨ ਪਹਿਲਾਂ ਨਹੀਂ ਕੁੜੀਆਂ ਨੂੰ ਭੇਜ ਦੇ ਨਹੀਂ ਉਹ ਸਫ਼ਰ ਬੜਾ ਮੈਂ ਕਿਹਾ ਭਰ ਕੇ ਵਿੱਚ ਬਰ ਬੁਰ ਪਾ ਕੇ ਰੱਖ ਦਿਆਂਗੇ ਰਾਜ ਪੀਂਦੇ ਜਾਣਗੇ ਬੱਸ 'ਚ ਰਾਹ ਜੂਸ ਵੇਚਦਾ ਜਾਈ ਚਲੋ ਠੀਕ ਆ ਇਹਨੂੰ ਹੱਥ ਲਾ ਦਿਓ ਯਾਰ ਜਾ ਮੇਰਾ ਭਰਾ ਕੰਮ ਕਰ ਜਾ